ਜੀ ਅਸਲਾਮ ਵਾਲੇਕਮ ਇੱਕ ਵਾਰੀ ਫਿਰ ਅਸਲਾਮ ਵਾਲੇਕਮ। ਨਿੱਕੀ ਜੀ ਇੱਕ ਬ੍ਰੇਕ ਸੀ ਔਰ ਬ੍ਰੇਕ ਤੋਂ ਬਾਅਦ ਅਸਾਂ ਆਏ ਹਾਂ ਜਨਾਬ ਅੱਜ ਈਦੀ ਨਾ ਤ੍ਰੀਆ ਦਿਹਾੜਾ ਔਰ ਬੜਾ ਪਿਆਰਾ ਬੜਾ ਮੁਬਾਰਕ ਦਿਹਾੜਾ ਅਤੇ ਸਭਾ ਕੀ ਅਸਾਂ ਈਦ ਮੁਬਾਰਕ ਆਖਣੇ ਹਾਂ ਬਹੁਤ ਬਹੁਤ ਤੁਸਾਂ ਕੀ ਈਦ ਮੁਬਾਰਕ ਹੈ ਔਰ ਹੱਸਣੇ ਰਹੋ ਖੇਡਣੇ ਰਹੋ ਮੁਸਕਰਾਉਣੇ ਰਹੋ ਇਹ ਸਾਰੀ ਦੁਆ ਹੈ ਤੁਸਾਂ ਸਾਰਿਆਂ ਵਾਸਤੇ ਸਭਾਂ ਵਾਸਤੇ ਸਾਰੀ ਇਹ ਦੁਆ ਹੈ ਕਿ ਹੱਸਣੇ ਖੇਡਣੇ ਰਹੋ ਮੁਸਕਰਾਉਣੇ ਰਹੋ ਹੈਂ ਮਾਸ਼ਾਅੱਲਾ ਕਰਨੀ ਚਾਹੀਦੀ ਹੈ ਹਰ ਕਿਸੇ ਵਾਸਤੇ ਇਹ ਦੁਆ ਕਰਨੀ ਚਾਹੀਦੀ ਹੈ ਔਰ ਕੱਲਾ ਨੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਆਪਣੀਆਂ ਜਿਹੜੀਆਂ ਘਰਾਂ ਵਿੱਚ ਔਰਤਾਂ ਹੋਣੀਆਂ ਉਹਨਾਂ ਕੀ ਇੱਜ਼ਤ ਦਿਓ ਉਹਨਾਂ ਕੀ ਹਕੂਕ ਦਿਓ ਉਹਨਾਂ ਕੀ ਜਨਾਬ ਬਾਹਰ ਫਿਰੋ ਤੁਰੋ ਤਾਂ ਰਿਪੋਰਟ ਇਹ ਹੈ ਕਿ ਮਾੜੀਆਂ ਧੀਆਂ ਭੈਣਾਂ ਦੁਆ ਕੀਤੀ ਹੈ ਮਾੜੇ ਵਾਸਤੇ ਅਸਾਂ ਨੇ ਤਕਬੀਰ ਟੀ ਵੀ ਵਾਸਤੇ ਕਿ ਗੱਲ ਬੜੀ ਅੱਛੀ ਹੋਈ ਤਾਂ ਉਹਨਾਂ ਕੀ ਜਨਾਬ ਇਹ ਟਾਈਮ ਦਿੱਤਾ ਗਿਆ ਤੁਸਾਂ ਨਾਲ ਇਹ ਹੱਕ ਪੂਰਾ ਕੀਤਾ ਗਿਆ ਅਤੇ ਮੈਂ ਉਹਨਾਂ ਮਰਦਾਂ ਨਾਲ ਵੀ ਘਰਾਂ ਨੇ ਜਿਹੜੇ ਮਰਦ ਹੋਣੇ ਨਾ ਘਰ ਨੇ ਮਰਦ ਘਰ ਨੇ ਬਾਦਸ਼ਾਹ ਹੋਣੇ ਉਹਨਾਂ ਮਰਦਾਂ ਨਾਲ ਵੀ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਇਸ ਸਾਰੀ ਗੱਲ ਪਰ ਅਮਲ ਕੀਤਾ ਪਰ ਮਾੜੇ ਨਾਲ ਇੱਥੇ ਗੁਲਖਾਨ ਬੈਠੇ ਆ ਇਹ ਹੁਣ ਮਾੜੀ ਗੱਲ ਨਹੀਂ ਮੰਨਣਾ ਪਿਆ ਮੈਂ ਸੀ ਸ਼ਾਦੀ ਕਰਾਉਣਾ ਜਾਣਾ ਅੱਗੇ ਦਿਹਾੜੇ ਬਾਂ ਈਦ ਗੁਜ਼ਰੀ ਗਈ ਹੈ ਤਾਂ ਮੈਂ ਆਉਣਾ ਦਿਹਾੜੇ ਛਿਹਾੜੇ ਬਾਂ ਇਸਨੇ ਅੱਗੇ ਇਹ ਹੁਣ ਪਤਾ ਨਹੀਂ ਕਿਹੜੇ ਚੱਕਰਾਂ 'ਚ ਪਈ ਗਿਆ ਕਿਹੜੇ ਚੱਕਰਾਂ 'ਚ ਪਈ ਗਏ ਕੱਲ੍ਹ ਕਿਆ ਮਤਲਬ ਕਿਆ ਯਾਰ ਤੁਹਾਡੀ ਸ਼ਾਦੀ ਜਿੱਥੇ ਮੈਂ ਕਰਨਾ ਚਾਹੁੰਦਾ ਇੱਥੇ ਸਾਰੀ ਜ਼ਿੰਦਗੀ ਸਕੂਨ ਰਹਿ ਸੀ ਆ ਸਾਰੀ ਜ਼ਿੰਦਗੀ ਤੂੰ ਪਾਗਲ ਨੇ ਹੋਣ ਲਗਾ ਸੋਹਣੀ ਜ਼ਿੰਦਗੀ ਗੁਜ਼ਰ ਸੀ ਆ ਹਮਾਰਾ ਦੋਸਤ ਹੈ ਉਸਨੇ ਕਿਹਾ ਕਿ ਉੱਧਰ ਇੱਕ ਗੁਰੀਏ ਉਹ ਦੇਖਦੀ ਰਹਿਤੀ ਹੈ ਬੁਲਦੇਸ ਕੇ ਸਾਥ ਸ਼ਾਦੀ ਕਰੋ ਤੁਮਕੋ ਪਸੰਦ ਕਰਤਾ ਹੈ ਤੋ ਮੈਂ ਕਹਿ ਰਹਾ ਕਿ ਉਸਕੇ ਸਾਥ ਬਾਤਚੀਤ ਹੋ ਜਾਏ ਆਲਾ ਤੋ ਮੇਰਾ ਦਿਲ ਹੈ ਕਿ ਉਸਕੇ ਸਾਥ ਕਰ ਲਓ ਸ਼ਾਦੀ ਆਲਾ ਤੁਹਾਡਾ ਦੋਸਤ ਹੈ ਹਾਂ ਉਹ ਆਣਾ ਕਿ ਇੱਕ ਗੋਰੀ ਆ ਜਿਹੜੀ ਤੂੰ ਹੀ ਤੱਕਣੀ ਰਹਿਣੀ ਹੈ ਹਾਂ ਤਾਂ ਤੁਹਾਡੀ ਸ਼ਾਦੀ ਉੱਥੇ ਕਰਾਂ ਹਾਂ ਇਹ ਦੋਸਤ ਹੈ ਆਖਿਆ ਹਾਂ ਮੈਂ ਆਣਾ ਜੀ ਉਹ ਕਦੇ ਤੁਹਾਡਾ ਦੋਸਤ ਮੀਂਹ ਪੁੱਤਰਾ ਇੱਥੇ ਲੱਭੀ ਚਾ ਇੱਕ ਵਾਰੀ ਤੇ ਮੈਂ ਉਸਕੀ ਉਹ ਮਾਰਾਂ ਮੁੱਕੇ ਉਹ ਮਾਰਾਂ ਦਬਾੜਾਂ ਤੁਹਾਡਾ ਦੋਸਤ ਵੀ ਪਾਗਲ ਤਾਂ ਉੱਪਰੋਂ ਤੂੰ ਵੀ ਪਾਗਲ ਹੈ ਉਹ ਕਹਿ ਦਿਮਾਗ ਹੈ ਤੁਹਾਡਾ ਸਮਝ ਨਹੀਂ ਆਛਣੀ ਮੈਂ ਤੁਸੀਂ ਹਾਂ ਤੁਸੀਂ ਮੈਂ ਕਦੋਂ ਨਾ ਆਖਣਾ ਪਿਆ ਤੂੰ ਚੁੱਪ ਕਰੀ ਜਾ ਮੈਂ ਤੁਸੀਂ ਕਿਤਨਾ ਸਮਝਾਉਣਾ ਪਿਆ ਤੂੰ ਪਾਗਲ ਆਈ ਜਾ ਮੈਂ ਤਾਂ ਮਾਰਸਾ ਤੁਹਾਡੇ ਮੂੰਹਾਂ ਪਰ ਸਿੱਧੀ ਖੁੰਡੀ ਉਹ ਦੇਖ ਲੈਤੇ ਨਾ ਉਸਕੋ ਵੀ ਤੁਹਾਡੇ ਦਿਮਾਗਾਂ 'ਚ ਭੋ ਭਰਨ ਗਿਆ ਮਾਰਨੇ ਹੋਰ ਖਾ ਨਸਵਾਰ ਮੈਂ ਤਾਂ ਇਹ ਨਹੀਂ ਕਰ ਕਹਿਣਾ ਕਿ ਨਾ ਨਾ ਖਾ ਨਸਵਾਰ ਖੁੱਲੀ ਖਾ ਤੁਹਾਡੀ ਨਸਵਾਰ ਤੁਹਾਡੇ ਦਿਮਾਗਾਂ 'ਚ ਬੜੀ ਗਈ ਹੈ ਤੁਹਾਡੇ ਦਿਮਾਗਾਂ ਨਹੀਂ ਹੋਸ਼ ਹੀ ਬੰਦ ਤੁਹਾਡੀ ਸੋਚ ਬੰਦ ਹੋਈ ਗਈ ਹੈ ਤੁਸੀਂ ਪਾਗਲ ਹੈ ਜੀ ਆ ਪਤਾ ਕੋ ਨਹੀਂ ਐਵੇਂ ਮਾਰਨੇ ਪਿਆ ਬੜਾ ਤਾਖਾ ਗੌਰੀ 'ਚ ਸ਼ਾਦੀ ਕਰੇਗਾ ਗੌਰੀ ਨਾਲ ਪੁੱਤਰਾ ਤੁਹਾਡੀ ਸ਼ਾਦੀ ਹੋਏਗੀ ਅੱਜ ਇਹਦੀ ਨਾਲ ਤ੍ਰੀਆ ਦਿਹਾੜਾ ਤੈਂ ਮਾੜਾ ਨਾ ਪਟਾਈ ਛੋੜਿਆ ਜੇ ਤੁਹਾਡੀ ਜ਼ਿੰਦਗੀ ਸਕੂਨ ਰਹੀ ਗਿਆ ਤੈ ਮੈਂ ਖੁਸ਼ੀ ਖੁਸ਼ੀ ਕੇ ਸਾਥ ਸ਼ਾਦੀ ਕਰਨਾ ਚਾਹਤਾ ਹੂੰ ਨਾ ਯੇ ਨਾ ਹੋ ਕਿ ਤੁਮ ਮੈਨੇ ਅਭੀ ਬਾਤ ਸ਼ੁਰੂ ਨਹੀਂ ਕੀਆ ਤੁਮਨੇ ਉਧਰ ਸੇ ਜੋ ਹੈ ਨਾ ਵੋ ਕੁੰਟੀ ਉਲਟਾਇਆ ਬਸ ਮਾਰਪੀਟ ਸ਼ੁਰੂ ਕੀਆ ਪਹਿਲਾਂ ਬਾਤ ਤੋ ਸੁਣ ਲਓ ਤੋ ਫਿਰ ਬਾਤ ਜਾ ਇਧਰ ਉੱਠ ਆਪਣੇ ਘਰ ਜਾ ਮਾਰਨੇ ਪਿਆ ਮਾੜਾ ਦਿਮਾਗ ਵੀ ਫਿਰਨੇ ਪਿਆ ਪੁੱਤਰਾ ਮੈਂ ਨਾ ਦੱਸੀ ਛੋੜਿਆ ਮਾੜਾ ਨਾ ਬਟਾਈ ਛੋੜਿਆ ਜੇ ਤੂੰ ਗੋਰੀ ਨਾਲ ਵਿਆਹ ਕੀਤਾ ਆਪਣਾ ਆਪ ਆਪਣਾ ਮਜ਼ਹਬ ਆਪਣਾ ਨਸਲ ਆਪਣਾ ਸਭ ਕੁਝ ਤਬਾਹ ਹੋ ਗਿਆ ਸੀ ਮੈਨੂੰ ਪਤਾ ਹੈ ਤੁਮ ਹਮ ਹਮਾਰੀ ਬੜੀ ਬੜਾ ਹੈ ਇਸ ਲਈ ਤੁਮ ਮੇਰੇ ਲਈ ਸੱਚ ਅੱਛਾ ਸੋਚ ਲਿਓ ਮੈਂ ਮਾਰਨੇ ਪਿਆ ਦਿਮਾਗ ਤੁਹਾਡਾ ਰਹਿਣ ਹੀ ਲਗਾ ਅੱਛਾ ਸੋਚਣ ਲੱਗੇ ਆ ਤੁਹਾਡੇ ਵਾਸਤੇ ਤੂੰ ਅੱਜ ਮਾਰਨੇ ਪਿਆ ਇਸ ਤਰ੍ਹਾਂ ਗੱਲਾਂ ਅੱਜ ਇਹਦੀ ਨਾ ਤ੍ਰੀਆ ਦਿਹਾੜਾ ਮੈਂ ਤੀ ਕਿਤਨਾ ਸਮਝਾਈ ਬੈਠਾ ਤੂੰ ਮਾੜੀ ਗੱਲ ਨੇ ਸਮਝਿਆ ਆਪਣੀਆਂ ਗੱਲਾਂ ਹੀ ਸਮਝਾ ਤੁਹਾਡਾ ਦੋਸਤ ਵੀ ਪਾਗਲ ਤਾਂ ਤੂੰ ਵੀ ਪਾਗਲ ਤਾਂ ਤੂੰ ਇੱਥੋਂ ਉੱਠੀ ਜਾ ਇੱਥੋਂ ਮੈਂ ਸਿੱਧਾ ਮਾਰਸੀ ਮੈਂ ਆਉਣਾ ਮੈਂ ਤਾਂ ਆਖਣਾ ਮੈਂ ਨਾਰਾਜ਼ ਮਤ ਹੋ ਜਾਓ ਮਾੜਾ ਤੱਕੇ ਨਾ ਇੱਥੇ ਆਇਆ ਮਾੜੇ ਘਰ ਮਾੜਾ ਦਿਮਾਗ ਫੇਰਨੇ ਵਾਸਤੇ ਇਹ ਕੀ ਬਾਤ ਹੋਈ ਬਾਤ ਸ਼ੁਰੂ ਨਹੀਂ ਕੀ ਤੁਮ ਲੜਾਈ ਸ਼ੁਰੂ ਕੀ ਉਹ ਲੜਾਈ ਤੂੰ ਆਪਣੇ ਦੋਸਤਾਂ ਦੀਆਂ ਕਹਾਣੀਆਂ ਮੀਂਹ ਸੁਣਾਉਣਾ ਹੈ ਉਹ ਆਣਾ ਗੋਰੀ ਸਾਹਿਬ ਸ਼ਾਦੀ ਕਰ ਲਓ ਦੇਖੋ ਮੈਨੇ ਤੁਹਾਰੇ ਤੁਮਨੇ ਜਿਸ ਟਾਈਮ ਬਾਤ ਸ਼ੁਰੂ ਕੀਆ ਮੈਨੇ ਆਰਾਮ ਸੇ ਸੁਣ ਲਿਆ ਆਪ ਅਭੀ ਹਮਾਰਾ ਬਾਤ ਵੀ ਸੁਣ ਲਿਆ ਕਰੋ ਨਾ ਕਹਿ ਅੱਗੇ ਚਲੋ ਸੁਣਾਓ ਅੱਗੇ ਕਹਿ ਰਹੀ ਗਿਆ ਜੋ ਰਹੀ ਗਿਆ ਉਹ ਸੁਣਾਓ
दसो। देखो उसके साथ बात करनी है, ये ना हो कि मैं उसके जाओ उधर उसके साथ मिलो और बस चट मांगे और पट ब्याह कर लो ना। वो दे गोरी नल। हाँ गोरी नल मिल से। हाँ ते चट मंगनी पिया ब्याह नहीं करना। नहीं करनी, देख लेते हैं, अंडरस्टैंडिंग है ना। अच्छा 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 पुत्रा, मैं इस तुम्हारे फैसले विच नहीं हूं। अगर तुम नहीं हो तो फिर कैसा होगा ये? मैं तुम्हारे इस फैसले च 1% भी ना के तू गोरी नाल ब्याह कर से। तुम्हारा ब्याह मैं तुम्हारे मावे नी कुड़ी नाल करना, चज्जे वाली कुड़ी नाल, घर की संभालने वाली कुड़ी नाल। मेरा उधर घर में कोई सुनते नहीं। हाँ। मैं सुनने के लिए इधर आया। सारी जिंदगी नापियां ही धोना रही कर ब्याह गोरी नाल है। जे तु सारी जिंदगी सहन भी दिता तो माड़ा ना बटाई नया। मैं पुत्रा गोरी नाल ब्याह करी गया तो तू घर आपू अंडिया पका से, आपू भांडे धोसे, आपू भुगती किनसे, फिर करी के कर जो कर मर्जी करीन। माऊ प्यो ने बुजुर्गा ने फैसले कोलू जड़े लोग पर टुरने और नाकाम रहने, सारी जिंदगी नाकाम रहने। हाँ ये गल याद रखियां, मारने ब्याह मैं ये गोरी के साथ ब्याह करेगा तो बड़ा इत बड़ा सुकून होगा, तो मैं उसको तकेगा तो मैं फिर मंगनी चट पंगनी तो पट ब्याह नहीं होगा, तुम्हारा बेड़ा तरी जाए। बड़ा तके ना उधर ईदी ने पहले ध्याड़े तारी तारीफ की, मैं है चंगा मुड़ा तू, मैं घटा चंगा है तू, ये चंगा पूना किया, मैं थोड़ी तारीफा की, मैं है गुलखान बड़ा चंगा है, थोड़ी शादी मैं चाहना थोड़े मावे नी कुड़ी ना लो है। ईदी ने ध्याड़े है त्रीया ध्याड़ा ना अगू है, कल परसों मैं जे तू मननी जाए तो मैं आना ध्याड़े बान थोड़ी उस नाल शादी करा, तू यह गोरी नाल ब्याह करेगा। बड़ा तके नाल शहजादा साहब। देखो उधर घर में कोई सुनते नहीं, आप मेरे बात सुनते हो अच्छी तरह, मैं आपको बात अच्छी तरह समझता हूँ, तुम मेरे अच्छा मशवरा देते हो, जो मशवरा तुमने दिया पहली मैंने उस पर गौर किया, वो काम मैंने किया, उस पर बहुत इज्जत मिली है, बहुत इज्जत मिला है, मैं आपका बहुत इज्जत करता हूँ, आप मेरे चाचा है, मैं इसलिए आपकी आया हूँ इधर कि आपसे कुछ मशवरा लूँ कि मैं क्या करूँ, तो बस बात सुननी सुना नहीं, लड़ाई शुरू। और लड़ाई कदों शुरू किया है, माड़ी तू गल मन उठा शादी कर, सीधी गल है, गल मुकी जानी है, जिथे मैं आना उठा शादी कर, मैं गोरी तुम्हारे जिथे तू गोरी नाल ब्याह करना चाहे मैं इसे कह चाहिए ना, तो गोरी तो देख लेना, उसके साथ बात तो कर लेना। मैं बात भी ना करता, मैं ना देखता, चल मैं उसको समझाता हूँ कि ये मेरा चाचा है, तू मजा आना है उसकी माड़ा चाचा है, उसके साथ मिल लेना, बात कर लेना, अगर अच्छा लगा तो मैं उसके साथ कर लूंगा शादी। अच्छा अगर अच्छा नहीं लगा नहीं तो फिर तुम्हारा मर्जी। और मारे मर्जी यही नहीं है, तो ना ही मी उठा खड़िया तो ना मजबूर करिया कि मैं उठा जासा। एक गल याद रखिया गुलखान, एक गल ये भी याद रखिया के माड़े फैसले की तू जे त्रोड़िया या माड़े फैसले पर तू ना टुरिया ते मैं तुआड़े नाल गल बात बिल्कुल खत्म करी छोड़सा। ये क्या बात हुई? माड़ी तुआड़ी नाराजगी पक्की। नहीं 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 इस तरह हो नहीं सकता। मैं चाहना तुआड़े घर तुआड़ी अम्मा की तुआड़े अब्बे सुकून होवे। ए गोरी तुआड़े घर आई ते कोई सुकून देसी? पहली गल है कि गोरी नाल तू ब्याह किया तो यह तो तुहाड़े घर अच्छा ही नहीं लगी, ये तु अपने घर कि नहीं जैसी या अक्सी बख घर कि हूँ तै तुहाड़े मऊ प्यो जी ने पालिया जवान किया वह कह आखसन के साना पुत्र ला गया ब्याह करी के गोरी नाल, ये उन्हें की सिला देसें बुढ़े मऊ प्यो की ये सिला लपसी, माँ प्यो बच्चिया की पालने जवान करने के बुढ़ापे विच बुढ़िया होने वो सारा सहारा बनसन, क्या सहारा बनसो यरा तुसा जैसी सोच रखने वाले पुत्र है, बड़ा तक हाँ। खैर नाराज मत हो, देखो बात सुन लो। मैं ना बात सुनना तुम्हारी हूं बस, तुम नहीं सुनोगा तो कौन सुनेगा? ओ मैं ती समझाना पिया सीधे तरीके नाल है कि मैं तु आना तुम्हारे मावे नी कुड़ी चंगी है जड़ी तुम्हारी अम्मा नाल भी गल बात करनी, अम्मा नी सोच ने मुताबक वो कुड़ी है,
ਤੇ ਤੁਹਾਡੇ ਪਿਓ ਵੀ ਉਸਕੀ ਪਸੰਦ ਕਰਨਾ, ਤੁਹਾਡੇ ਘਰਾਂ ਨੇ ਸਾਰੇ ਉਸੀ ਪਸੰਦ ਕਰਨੇ। ਗੌਰੀ ਤੁਹਾਡੇ ਘਰ ਇੱਕ ਦਿਹਾੜਾ ਕਾ ਇੱਕ ਘੰਟਾ ਵੀ ਨਹੀਂ ਰਹਿ ਲੱਗੀ, ਤੂੰ ਕਿਹੜੀ ਗੱਲ ਲੱਗੀ ਜਾਸੀ। ਹਾਂ ਹਮ ਸੈਪਰੇਟ ਰਹਤੀ ਹੀ, ਸੈਪਰੇਟ ਹੀ ਹੋਈ ਜਾਸੇ ਫਿਰ। ਉਹ ਮੈਨੂੰ ਪਤਾ ਹੈ ਖਾਨਦਾਨੀ ਵੱਖ ਰਹੇਗੀ, ਵੱਖ ਰਹੇਗੀ ਉਹ ਖਾਨਦਾਨੀ ਹੈ, ਮੈਨੂੰ ਪਤਾ ਹੈ। ਲੇਕਿਨ ਬਾਤ ਕੁਛ ਹੋਰ ਹੈ, ਕੁਝ ਤਬਦੀਲੀ ਆਉਣਾ ਚਾਹੀਏ। ਅੱਛਾ ਚਲੋ ਆਣੋ ਬੱਚਿਓ ਮਾੜਿਓ, ਆਣੋ ਤਬਦੀਲੀ। ਇਹ ਤਬਦੀਲੀਆਂ ਹੀ ਤਾਂ ਐਸਾ ਕੀ ਡੋਬਸਨ, ਬੜੀ ਤਬਦੀਲੀ ਮਾਸ਼ਾਲਾ ਅੰਸੋ ਪੁੱਤਰੋ ਮਾੜਿਓ, ਬੜੀ ਤਬਦੀਲੀ ਅਫਸੀ। ਇਹ ਤਬਦੀਲੀ ਤੁਸੀਂ ਆਪਣੇ ਆਪ 'ਚ ਨਹੀਂ, ਆਪਣੇ ਅਗਲੀਆਂ ਨਸਲਾਂ 'ਚ ਵੀ ਤਬਦੀਲੀ ਆਉਂਦੇ ਹੋ ਪੀ। ਤਾਂ ਪੁੱਤਰ ਇਹ ਤਬਦੀਲੀਆਂ ਅਸਾਂ ਕੀ ਡੋਬਣੀਆਂ ਪੀਆਂ, ਅਸਾਂ ਨੇ ਨੁਕਸਾਨ ਨਾ ਬਾਇਸਨ ਇਹ ਤਬਦੀਲੀਆਂ। ਜਿਹੜੇ ਬੱਚੇ ਜਾਂ ਬੱਚੀਆਂ, ਜਿਹੜੇ ਬੱਚੇ ਤਾਂ ਬੱਚੀਆਂ ਹੀ ਅਜਿਹੀਆਂ ਤਬਦੀਲੀਆਂ ਜਾਂ ਹੀ ਅਜੇ ਫੈਸਲੇ ਕਰਨੇ ਨਾ, ਉਹ ਸਮਝੋ ਆਇੰਦਾ ਆਉਣੇ ਵਾਲੀਆਂ ਨਸਲਾਂ ਕੀ ਤਬਾਹ ਕਰਨੀਆਂ ਹੁੰਦੀਆਂ। ਆਪਣੇ ਮਾਵੇਂ ਚਾਚੇ ਦਾਦੇ ਦਾਦੀਆਂ ਸੋਚਾਂ ਕੀ ਤੁਸੀਂ ਸੱਜਾ ਖੱਬਾ ਕਰੀ ਛੜੋ, ਇਹ ਕੋਈ ਗੱਲ ਹੈ? ਐਵੇਂ ਮਾਰਨੇ ਆਪ ਬਜ਼ੁਰਗ ਹੈ, ਆਪਕੋ ਪਤਾ ਹੈ ਆਪਣੀ ਜ਼ਿੰਦਗੀ ਗੁਜ਼ਾਰੀ ਹੈ। ਚਲੋ ਬੁਰਾ ਜ਼ਿੰਦਗੀ ਗੁਜ਼ਾਰੀ ਹੈ ਤਾਂ ਤੈਨੂੰ ਆਖਣਾ ਪਿਆ ਕਿ ਤੂੰ ਮਾੜੇ ਫੈਸਲੇ ਪਰ ਟੁਰ। ਅੱਛੀ ਬੁਰਾ ਆਪ ਸਮਝਤੇ ਹੋ, ਅੱਛੀ ਬੁਰੇ ਲੋਕ ਸਾਥ ਤੁਮਨੇ ਜ਼ਿੰਦਗੀ ਗੁਜ਼ਾਰੀ ਹੈ, ਆਪਕੋ ਪਤਾ ਹੈ ਹਰ ਬਾਤ ਕੀ ਪਤਾ ਹੈ, ਇਸ ਲਈ ਆਪਕੇ ਸਾਥ ਮਸ਼ਵਰੇ ਲੈਣੇ ਆਇਆ ਹੂੰ, ਲੜਨੇ ਆਇਆ ਨਹੀਂ, ਨਹੀਂ ਲੜਨੇ ਆਇਆ ਕਿ ਤੁਮ, ਮੈਂ ਆਪਕੋ ਬਾਤ ਕਰੂੰਗਾ ਤੁਮ ਨਾਰਾਜ਼ ਹੋ ਜਾਓ। ਇਹ ਗੱਲ ਹੈ, ਨਾਰਾਜ਼ਗੀ ਵਾਲੀ ਬਾਤ ਵੀ ਮੈਂ ਨਹੀਂ ਆਇਆ ਕਿ ਤੁਮ ਮੁਝਸੇ ਨਾਰਾਜ਼ ਹੋ ਜਾਓ। ਉਹ ਮੈਂ ਨਾਰਾਜ਼ ਕਿਆ ਹੋਈ ਤਾਂ ਕਰਸਾਂ, ਅਲਾ ਮੈਂ ਫਰਜ਼ ਕਰ ਤੁਹਾਡੇ ਨਾਲ ਨਾਰਾਜ਼ ਵੀ ਹੋ ਗਿਆ, ਮਿਸਾਲ ਹੈ ਮੈਂ ਤੁਹਾਡੇ ਨਾਲ ਰੁੱਸ ਗਿਆ ਹੈ, ਮਤਲਬ ਫਰਜ਼ ਕਰ ਮੈਂ ਤੁਹਾਡੇ ਨਾਲ ਰੁੱਸੀ ਗਿਆ, ਤੁਹਾਡੇ ਨਾਲ ਮੈਂ ਬੋਲਣਾ ਹੀ ਨਾ। ਕਿਆ ਸੀ, ਰੋਟੀ ਤੂੰ ਫਿਰ ਵੀ ਖਾਸੇ, ਚਾਹ ਤੂੰ ਫਿਰ ਵੀ ਪੀਸੇ, ਪਾਣੀ ਤੂੰ ਉਸੇ ਤਰ੍ਹਾਂ ਪੀਸੇ, ਮੈਂ ਵੀ ਚਾਹ ਰੋਟੀ ਉਸੇ ਤਰ੍ਹਾਂ ਚਲਸੀ, ਕਿਆ ਫਰਕ ਪੈ ਸੀ? ਪਰ ਇਹ ਪੈ ਸੀ ਕਿ ਪਹਿਲਾਂ ਜੋ ਮਜ਼ਾ ਤਾ ਪਿਆਰ ਸੇ ਹੱਸ ਹੱਸ ਹੱਸੀ ਸੇ ਕਾ ਖਾਤਾ ਤਾ, ਉਹੀ ਮਜ਼ਾ ਨਹੀਂ ਹੋਗਾ। ਇਸ ਬਾਤ ਕੇ ਲਈ ਮੈਂ ਤੁਮਕੋ ਪਿਆਰ ਸੇ ਸਮਝਾਤਾ ਹੂੰ ਕਿ ਮੇਰੇ ਬਾਤ ਮਾਨ ਲੈ। ਅੱਛਾ ਗੁਲਖਾਨ ਮੀ ਪਿਆਰ ਨਾਲ ਸਮਝਾਤਾ ਹੈ, ਅਲਾ ਇਹ ਗੱਲ ਹੈ, ਪਿਆਰ ਨਾਲ ਸਮਝਾਤਾ ਹੈ। ਮੈਂ ਜਿਹੜਾ ਪਿਆਰ ਨਾਲ ਸਮਝਾਉਣਾ ਹੈ ਜੀ, ਦਿਨ ਤ੍ਰੀਆ ਦਿਹਾੜਾ ਹੈ, ਬੁੱਢੀ ਮਾੜੀ ਗਈ ਵੀ ਹੈ ਆਪਣੇ ਰਿਸ਼ਤੇਦਾਰਾਂ ਨੇ, ਜਾਂ ਉੱਥੇ ਅੰਦਰ ਕਿਚਨੇ 'ਚ ਜੇ ਕੋਈ ਖਾਣਾ ਪੀਣੀ ਤਾਂ ਖਾਈ ਕਹਿਣਾ। ਮੈਂ ਖਾਣੇ ਵਾਸਤੇ ਨਹੀਂ ਆਇਆ ਉਹ, ਅੱਜਾ ਅੰਦਰ ਹੀ ਕੋਈ ਆਪੂ ਹੀ ਚਾਹ ਪੀ ਤਾਂ ਮਾੜੇ ਵਾਸਤੇ ਹੀ ਬਣਾਈ ਜਾਣੇ ਆ। ਆ ਨਹੀਂ ਨਹੀਂ, ਮੈਂ ਅਗਰ ਤੁਮ ਮੇਰੇ ਬਾਤ ਮਾਨ ਲੋਗੀ ਮੈਂ ਕਾ ਲੈਤਾ ਹੂੰ। ਚਲੋ ਤੁਮ ਬਤਾਓ ਕਿਆ ਕਰਨਾ। ਤੁਹਾਡੀ ਇਸ ਗੱਲੇ ਵਿੱਚ ਬਿਲਕੁਲ ਤੁਹਾਡੇ ਹੱਕਾਂ 'ਚ ਹੈ ਹੀ ਨਾ ਕਿ ਤੂੰ ਗੌਰੀ ਨਾਲ ਵਿਆਹ ਕਰਸੇ। ਤੂੰ ਵਿਆਹ ਕਰਸੇ ਤਾਂ ਮਾੜੀ ਮਰਜ਼ੀ ਦੇ ਮੁਤਾਬਕ ਕਰਸੇ, ਨਹੀਂ ਤਾਂ ਤੁਹਾਡੀ ਮਾੜੀ ਖਤਮ ਬਸ। ਨਹੀਂ ਕਿਆ, ਤੁਮ ਬਤਾਓ ਕਿਆ ਕਰਨਾ ਚਾਹੀਏ। ਤੂੰ ਆ ਮੈਂ ਜਿੱਥੇ ਆਉਣਾ ਉੱਥੇ ਵਿਆਹ ਕਰ, ਜੇ ਮਾੜਾ ਪੁੱਤਰ ਹੈ ਆਈਂਦਾ ਆਉਣੇ ਵਾਲੀਆਂ ਤੁਹਾਡੀਆਂ ਨਸਲਾਂ ਤਬਾਹ ਹੋਈ ਜਾ ਸਨ, ਤੁਹਾਡੇ ਬੱਚੇ ਜਿਹੜੇ ਹੋ ਸਨ ਨਾ ਉਹਨਾਂ ਬੱਚਿਆਂ ਕੀ ਆਪਣੀ ਮਾਊ ਪਿਓ ਨਾਲ ਇਤਨੀ ਮੁਹੱਬਤ ਨਹੀਂ ਹੋਣੀ ਜਿਤਨੀ ਉਹ ਸਾਰੇ ਬੱਚਿਆਂ 'ਚ ਆਪਣੇ ਮਾਊ ਪਿਓ ਨਾਲ ਮੁਹੱਬਤ ਹੈ, ਹਿਰਸ ਹੋਣੀ ਹੈ। ਸਾਰਿਆਂ ਬੱਚਿਆਂ 'ਚ ਆਪਣੇ ਨਾਨੇ ਚਾਚੇ ਦਾਦੇ ਦਾਦੀ ਵਿੱਚ ਮੁਹੱਬਤ ਹੋਣੀ ਹੈ, ਇਤਰਾਮ ਹੋਣਾ। ਉਹ ਤੁਹਾਡੇ ਬੱਚੇ ਉਹ ਤੁਹਾਡੀ ਇੱਜ਼ਤ ਨਹੀਂ ਕਰ ਲਗੇ ਤਾਂ ਤੁਹਾਡੇ ਅੱਬੇ ਨਹੀਂ ਕਿਆ ਇੱਜ਼ਤ ਕਰ ਸਨ ਉਹ ਬੱਚੇ। ਮੈਂ ਆਉਣਾ ਬਸ, ਮੈਂ ਕੁਝ ਨਾ, ਬਸ ਨਾਰਾਜ਼ ਨਹੀਂ ਹੋ। ਜੇ ਤੁਮ ਬੋਲੇਗਾ, ਜੋ ਤੁਮ ਬੋਲੇਗਾ ਇਸ ਤਰ੍ਹਾਂ ਹੋਗਾ ਹੋਗਾ। ਹਾਂ ਨਾਰਾਜ਼ ਨਹੀਂ ਹੋ। ਹੁਣ ਉਪਰੋਂ ਆਣੇ ਪਿਆ ਜਾਂ ਦਿਲੋਂ ਆਣੇ ਪਿਆ? ਦਿਲ ਆਣੇ ਪਿਆ, ਦਿਲੋਂ। ਹਾਂ ਦਿਲੋਂ ਅੰਦਰ ਸੇ। ਹਾਂ ਉਹ ਮਾਂ ਸਿੱਤਕੇ ਜਾਏ ਮਾੜਿਆ ਬੱਚਿਆ, ਮਾਂ ਸਿੱਤਕੇ ਜਾਏ, ਲਵ ਯੂ ਮਾੜਿਆ ਪੁੱਤਰ ਗੁਲਖਾਨ, ਲਵ ਯੂ ਮਾੜੀ ਤਕੋ ਜੀ। ਗੁਲਖਾਨ ਮਾੜੀ ਗੱਲ ਮੰਨੀ ਗਿਆ ਔਰ ਗੁਲਖਾਨ ਮਾੜਾ ਦਿਲ ਜਿੱਤੀ ਕਿੰਨਾ। ਆਏ ਹਾਏ ਹਾਏ, ਮੈਂ ਇਤਨਾ ਪਰੇਸ਼ਾਨ ਹੋ ਗਿਆ ਸਾਂ ਇਸ ਗੁਲਖਾਨੇ ਕਿ ਮੈਂ ਆਇਆ ਕਿਸ ਤਰ੍ਹਾਂ ਸਮਝਾ ਸਾਂ। ਲੇਕਿਨ ਮੰਨੀ ਗਿਆ ਕਿ ਆਉਣਾ ਜਿੱਥੇ ਤੁਸੀਂ ਆਖਸੋ ਉੱਥੇ ਸ਼ਾਦੀ। ਮੈਂ ਜਿਹੜੀ ਗੱਲ ਆਖੀ ਆ ਉਹ ਆ ਉਸੀ ਆ।
हाँ बस बस मैं हूँ फौरन तुहाड़ी शादी करनी है, फौरन तुहाड़े मावे ने कुड़ी नाल शादी फौरन कर सा। लो जी बड़ी मेहरबानी, बड़ा शुक्रिया जी, दिन त्रीया दिहाड़ा और इस तरह तुसा की अल्लाह इतफाक प्यार मोहब्बत देन, सुकून देन, अपने बच्चियां की प्यार मोहब्बत नाल बाली के समझाया करो, इस तरह अच्छिया मसालां दे के समझाया करो। ए मैं गुलखान की समझाया, शुक्र अलहमदुल्ला मनी गया। ऐ इस तरह बच्चियां की तरबियत करनी चाहिए है, अज दिन त्रीया दिहाड़ा और बड़ा सोहना दिहाड़ा, खुला खाओ पियो, मौजा करो, हसने रवो, खेडने रवो और ईदा मनाने रवो। ये ईदा सारी जिंदगी नहीं आ, ईदा जिल्लै घरां विच सुकून होवे ईद है, जिल्लै घरां विच इतफाक प्यार मोहब्बत होवे ते ये ईद ही है। ते इस ईदी ने त्रीया दिहाड़ा है, असाने तकबीर टीवी की तुसा तकिया पसंद किया, फेसबुक के जरिए साड़ा प्रोग्राम चलना, यूट्यूब पर साड़े प्रोग्राम चलने, पसंद करने हो, कमेंट्स देने हो, बड़ा शुक्रिया, बड़ी मेहरबानी। सारे आस्ते दुआ करिए, साढ़े आस्ते भी दुआ करे, अस तुसा आस्ते दुआ करने, तुसा साढ़े आस्ते दुआ करिए। ते अपना ते अपने मऊ प्यो ना सबना ख्याल रखो है और दिलों ख्याल रखो। हूँ एक बारी फिर हूँ इजाजत दियो, फिर इंशाला दोबारा हाजिर हो सा है। ते चौधरी अकबर की इजाजत दियो, अपना ख्याल रखे, अल्लाह सोने वाले, ते ईद मुबारक।